ਇਹ ਤੋੜ ਸਾਹਿਬ ਦੀ ਬਰਸੀ ਤੇ ਸੁੱਚਾ ਸਿੰਘ ਛੋਟੇਪੁਰ ਨੇ ਸਟੇਜ ਤੇ ਇਨਵਾਈਟ ਕੀਤੇ ਭਾਈ ਮਨਜੀਤ ਸਿੰਘ ਉਹਨਾਂ ਦੇ ਬੇਟੇ, ਸੰਤ ਕਰਤਾਰ ਸਿੰਘ ਉਹਨਾਂ ਦੇ ਪੋਤਰੇ, ਜਿਹਦੇ ਤੇ ਡਾਕਟਰ ਹਰਭਜਨ ਸਿੰਘ ਜਿਹੜੇ ਪੋਤਰੇ ਨੇ ਤੋੜ ਸਾਹਿਬ ਦੇ ਅਤੇ ਪੜਪੋਤਰੇ ਵੱਲੋਂ ਸਟੇਜ ਤੋਂ ਰੋਕ ਦਿੱਤਾ ਗਿਆ। ਉਹਨਾਂ ਨੇ ਕਿਹਾ ਸਾਡੇ ਬਜ਼ੁਰਗ ਅਕਾਲੀ ਸੀ, ਕੋਈ ਵੀ ਪ੍ਰਚਾਰ ਅਕਾਲੀਆਂ ਦੇ ਉਲਟ ਅਸੀਂ ਸੁਣਨ ਨੂੰ ਤਿਆਰ ਨਹੀਂ। ਉਹਨਾਂ ਨੇ ਇਹਨਾਂ ਨੂੰ ਬੋਲਣ ਤੋਂ ਰੋਕਤਾ। ਤੁਸੀਂ ਦੇਖਿਆ ਚੋਲੇ ਵਿੱਚ 3 ਫੁੱਟੀ ਕਿਰਪਾਨ ਲੈ ਕੇ ਭਾਈ ਸਾਹਿਬ, ਭਾਈ ਕਰਤਾਰ, ਸੰਤ ਕਰਤਾਰ ਸਿੰਘ ਉਹਨਾਂ ਦਾ ਪੋਤਰਾ ਉੱਥੇ ਬੋਲਣ ਆਇਆ ਤੇ ਉਹਨਾਂ ਨੇ ਮਾਈਕ ਖੋਲ ਲਏ। ਅਫਸੋਸ ਇਹ ਹੈ ਕਿ ਇਹ ਲੋਕਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ। ਜੇ ਕਹੋਗੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਭੇਜ ਦਾਂਗੇ। ਵਿੱਚੋਂ 2-4 ਸਿਆਣਿਆਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਹੈ, ਗੁਰੂ ਸਾਹਿਬ ਪ੍ਰਕਾਸ਼ ਆ, ਤੁਸੀਂ ਹੁੱਲੜਬਾਜ਼ੀ ਕਰ ਰਹੇ ਹੋ। ਸੋ ਪਹਿਲੀ ਸਾਡੀ ਸਭ ਤੋਂ ਮੰਗ ਹੈ ਸੁਧਾਰ ਵਾਲਿਓ, ਸੁਧਾਰ ਲਿਆਓ ਤੇ ਜਿਹੜੀ ਤੁਹਾਡੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਪਹਿਲੇ ਦਿਨ ਕਰਤੀ ਤੇ ਜਥੇਦਾਰ ਤੁੜ ਨੂੰ ਸਤਿਕਾਰ ਦੇਣ ਦੀ ਥਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਕੇ ਉੱਥੇ ਇਹ ਹਾਲਾਤ ਪੈਦਾ ਹੋਏ ਤੁਹਾਡੀ ਹਾਜ਼ਰੀ ਕਰਕੇ, ਉਹਦੇ ਤੁਸੀਂ ਦੋਸ਼ੀ ਹੋ। ਜਿੰਨਾ ਚਿਰ ਇਹ ਗੁਨਾਹ ਲਈ ਆਪਣੀ ਪੰਥਕ ਪਰੰਪਰਾਵਾਂ ਮੁਤਾਬਕ ਗੁਨਾਹ ਤੇ ਮਾਫ਼ੀ ਨਹੀਂ ਮੰਗਦੇ, ਓਨੀ ਦੇਰ ਤੁਹਾਨੂੰ ਕਿਸੇ ਪੰਥਕ ਸਟੇਜ ਤੇ ਨਹੀਂ ਆਉਣਾ ਚਾਹੀਦਾ। ਹੁਣ ਮੈਂ ਗੱਲ ਕਰੂੰਗਾ, ਕੱਲ ਸਰਦਾਰ ਸੁਖਦੇਵ ਸਿੰਘ ਜੀ ਢੀਂਡ ਸਾਹਿਬ ਜ਼ਾਤੀ ਤੌਰ ਤੇ ਸਾਡੇ ਸਤਿਕਾਰਤ ਨੇ ਤੇ ਮੇਰਾ ਖਿਆਲ ਪਾਰਟੀ ਲੀਡਰਸ਼ਿਪ ਚੋਂ ਮੇਰੇ ਜ਼ਾਤੀ ਤੌਰ ਤੇ ਕਾਫੀ ਨੇੜੇ ਨੇ। ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਕਿਹਾ ਕਿ ਜੇ ਪਾਰਟੀ ਪ੍ਰਧਾਨ ਦੇ ਉਲਟ ਆਵਾਜ਼ ਚੁੱਕੀ ਜਾਵੇ ਜਾਂ ਪਾਰਟੀ ਪ੍ਰਧਾਨ ਨੂੰ ਹਟਾਉਣ ਦੀ ਗੱਲ ਕੀਤੀ ਜਾਵੇ, ਇਹ ਕਿਸ ਤਰ੍ਹਾਂ ਐਕਟ ਆਫ ਇਨਡਿਸਿਪਲਿਨ ਹੋ ਸਕਦਾ ਹੈ, ਇਹ ਗਲਤ ਫੈਸਲਾ ਕੀਤਾ ਤੁਹਾਡੀ ਅਨੁਸ਼ਾਸਨੀ ਕਮੇਟੀ ਨੇ ਕਹਿੰਦੇ। ਮੈਂ ਢੀਂਡਸਾ ਸਾਹਿਬ ਨੂੰ, ਕਿਉਂਕਿ ਪੁਰਾਣੀ ਗੱਲ ਹੋ ਗਈ, ਉਮਰ ਕਰਕੇ ਕਿਸੇ ਦਫ਼ਾ ਯਾਦਸ਼ਤ ਕਮਜ਼ੋਰ ਹੋ ਜਾਂਦੀ ਹੈ, 10 ਦਸੰਬਰ 1998 ਵੱਲ ਉਨ੍ਹਾਂ ਦਾ ਧਿਆਨ ਲਿਜਾਣਾ। ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਨੇ ਇਕ ਬਿਆਨ ਦਿੱਤਾ ਸੀ, ਕਿਸੇ ਤੋਂ ਅਸਤੀਫ਼ਾ ਨਹੀਂ ਸੀ ਮੰਗਿਆ। ਉਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਰਜੇਵਿਆਂ ਚ ਬਿਜ਼ੀ ਰਹਿੰਦੇ ਹੋ, ਆਪਣੀ ਥਾਂ ਇਕ ਐਕਟਿੰਗ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ। ਤੇ ਢੀਂਡਸਾ ਸਾਹਿਬ ਨੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਟੌੜਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਿਆ ਸੀ। ਮੈਂ ਹੁਣ ਢੀਂਡਸਾ ਸਾਹਿਬ ਨੂੰ ਪੁੱਛਦਾ ਕਿ ਹੁਣ ਉਦੋਂ ਕਾਨੂੰਨ ਹੋਰ ਤੇ ਹੁਣ ਕਾਨੂੰਨ ਹੋਰ। ਉਦੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੀ ਸ਼ਖਸੀਅਤ ਨੂੰ ਇਕ ਪਬਲਿਕਲੀ ਬਿਆਨ ਦੇਣ ਕਰਕੇ ਪਾਰਟੀ ਨੇ ਫੈਸਲਾ ਲਿਆ ਕਿ ਇਹ ਪਾਰਟੀ ਦਾ ਐਕਟ ਆਫ ਇਨਡਿਸਿਪਲਿਨ ਹੈ ਤੇ ਤੁਸੀਂ ਪ੍ਰੈਸ ਕਾਨਫਰੰਸਾਂ ਕਰੋ, ਤੁਸੀਂ ਬਰਾਬਰ ਦਾ ਧੜਾ ਸਥਾਪਿਤ ਕਰੋ, ਤੁਸੀਂ ਬਰਾਬਰ ਦੀ ਧਿਰ ਬਣਾਓ ਤੇ ਉਹਨੂੰ ਕਹੋ ਇਹ ਐਕਟ ਆਫ ਇਨਡਿਸਿਪਲਿਨ ਨਹੀਂ। ਉਨ੍ਹਾਂ ਨੂੰ ਇਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ, ਕਿਉਂਕਿ ਬਹੁਤ ਵੱਡੇ ਸਿਆਣੇ ਲੋਕ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਇਸ਼ਾਰਾ ਹੀ ਬੜਾ ਕਿ ਢੀਂਡਸਾ ਸਾਹਿਬ ਸਰਪ੍ਰਸਤ, ਅਸਲੀ ਲਫ਼ਜ਼ ਸਰਪਲਸ ਤੋਂ ਬਣਿਆ ਹੋਇਆ। ਸ਼ੁਰੂ ਸਰਪਲਸ ਤੋਂ ਹੋਇਆ ਸੀਗਾ ਕਿ ਜਿਹੜੇ ਲੋਕਾਂ ਦੀ ਯੂਟਿਲਿਟੀ ਖਤਮ ਹੋ ਜਾਂਦੀ ਆ ਉਨ੍ਹਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ,
ਫਿਰ ਉਹ ਸਰਪ੍ਰਸਤ ਬਣ ਗਏ ਤੇ ਸਰਪ੍ਰਸਤ ਕੋਲ ਅਧਿਕਾਰ ਕੋਈ ਨਹੀਂ ਹੁੰਦਾ। ਜੇ ਸਨਮਾਨ ਕਰਾਉਣਾ ਹੋਵੇ ਉਹ ਕਰਵਾ ਸਕਦਾ ਹੈ, ਅਦਰਵਾਈਜ਼ ਇੱਕ ਬਜ਼ੁਰਗੀ ਤੇ ਇੱਕ ਕੀਤੀਆਂ ਹੋਈਆਂ ਸੇਵਾਵਾਂ ਦੇ ਲਿਊ ਚ ਉਨ੍ਹਾਂ ਨੂੰ ਸਨਮਾਨ ਦੇਣ ਲਈ ਇਹ ਆਨਰੇਰੀ, ਜਿਵੇਂ ਕੈਪਟਨ ਸੂਬੇਦਾਰ ਨੂੰ ਰਿਟਾਇਰਮੈਂਟ ਵੇਲੇ ਆਨਰੇਰੀ ਕੈਪਟਨ ਕਹਿ ਦਿੰਦੇ, ਆਨਰੇਰੀ ਇੱਕ ਅਹੁਦਾ ਦਿੱਤਾ ਜਾਂਦਾ ਤੇ ਅਧਿਕਾਰ ਉਨ੍ਹਾਂ ਨੇ ਸਾਰੀ ਪਾਰਟੀ ਦੇ ਵਰਤਣੇ ਸ਼ੁਰੂ ਕਰਤੇ। ਕਹਿੰਦੇ ਅਨੁਸ਼ਾਸਨੀ ਕਮੇਟੀ ਹੈ ਇਹਨੂੰ ਭੰਗ ਕਰਦਾ। ਮੈਂ ਬਤੌਰ ਵਕੀਲ ਜਨਰਲ ਕਲੋਜ਼ ਐਕਟ ਸੈਕਸ਼ਨ 19 ਪੜਿਆ ਸੀਗਾ ਕਿ ਕਿਹੜੇ ਬੰਦੇ ਨੂੰ ਹਟਾਉਣ ਦਾ ਅਧਿਕਾਰ ਆ। ਉਹ ਕਹਿੰਦੇ ਦੀ ਪਰਸਨ ਹੂ ਹੈਜ਼ ਰਾਈਟ ਟੂ ਮੇਕ ਇਟ ਹੈਜ਼ ਰਾਈਟ ਟੂ ਅਨਡੂ ਦੈਟ, ਤੇ ਜਿਹਨੂੰ ਨਾ ਬਣਾਉਣ ਦਾ ਅਧਿਕਾਰ ਉਹਨੂੰ ਹਟਾਉਣ ਦਾ ਅਧਿਕਾਰ ਕਿੱਥੋਂ? ਉਨ੍ਹਾਂ ਨੇ ਕਹਿੰਦੇ ਜੀ ਹਟਾ ਵੀ ਦਿੱਤੇ, ਭੂੰਦੜ ਸਾਹਿਬ ਮੈਂ ਰਾਣੀਕੇ ਸਾਹਿਬ ਸਾਨੂੰ ਕਹਿੰਦੇ ਹਟਾ ਤੇ, ਤੇ ਸਾਡਾ ਫੈਸਲਾ ਵੀ ਰੱਦ ਹੈ। ਚਲੋ ਮੈਂ ਤਾਂ ਇਹ ਸ਼ੁਕਰ ਕਰਦਾ ਸਾਡੇ ਤੇ ਰੋਕੇ, ਕੱਲ੍ਹ ਇਹ ਨਹੀਂ ਕਹਿਤਾ ਸੀਗਾ ਕਿ ਭਗਵੰਤ ਮਾਨ ਤੋਂ ਮੈਂ ਹਾਰਿਆ ਨਹੀਂ, ਮੈਂ ਜਿੱਤਿਆ ਹੋਇਆ, ਮੈਂ ਮੁੱਖ ਮੰਤਰੀ ਹਾਂ। ਫਿਰ ਆਪਾਂ ਕੀ ਕਰ ਲੈਂਦੇ? ਫਿਰ ਭਗਵੰਤ ਮਾਨ ਸਵਾਈਆਂ ਦਿੰਦਾ ਸਾਡੀ। ਦੂਸਰੀ ਗੱਲ ਮੈਂ ਇੱਕ ਗੱਲ ਨਹੀਂ ਚਾਹੁੰਦਾ ਢੀਂਡਸਾ ਸਾਹਿਬ ਨੂੰ, ਢੀਂਡਸਾ ਸਾਹਿਬ ਤੁਹਾਡੇ ਤਜਰਬੇ, ਤੁਹਾਡੀ ਬਜ਼ੁਰਗੀ, ਤੁਹਾਡੀ ਸਿਆਣ ਤੋਂ ਬਾਅਦ ਇਹ ਉਮੀਦ ਸੀ ਕਿ ਇਹ ਜਿਹੜਾ ਤੁਹਾਨੂੰ ਸਨਮਾਨ ਦਿੱਤਾ ਹੈ ਇਹਨੂੰ ਤੁਸੀਂ ਪਾਰਟੀ ਲਈ ਵਰਤੋਗੇ, ਨਾ ਕਿ ਪਾਰਟੀ ਦੇ ਦੋਖੀਆਂ ਜਿਹੜੇ ਪਾਰਟੀ ਵਿਰੋਧੀ ਸ਼ਕਤੀਆਂ ਏਜੰਸੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਹੱਥ ਠੋਕ ਕੇ ਕੰਮ ਕਰ ਰਹੀਆਂ, ਤੁਸੀਂ ਉਨ੍ਹਾਂ ਦੇ ਮੋਹਰੇ ਬਣੋਗੇ। ਕਿਸੇ ਤਰ੍ਹਾਂ ਦਾ ਵੀ ਸਰਪ੍ਰਸਤ ਨੂੰ ਅੰਡਰ ਨੋ ਸਟ੍ਰੈਚ ਆਫ ਇਮੈਜੀਨੇਸ਼ਨ ਇਹ ਰਾਈਟ ਹੈ ਕਿ ਉਹ ਕੋਈ ਫੈਸਲਾ ਲੈ ਲੈਣ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ, ਮੈਂ ਬਹੁਤੇ ਲੰਬੇ ਨਹੀਂ, ਮੈਂ ਸਵਾਲ ਕਰਨੇ ਨੇ। ਢੀਂਡਸਾ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ 18 ਹੋਈਆਂ ਸਾਰੀਆਂ ਸਾਹਮਣੇ ਇੱਥੇ ਰਿਕਾਰਡ, ਕੋਈ ਡਿਨਾਇਲ ਨਹੀਂ, ਕੋਈ ਇਹਦੀ ਐਕਸਪਲੇਨੇਸ਼ਨ ਨਹੀਂ। ਪਰ ਮੈਂ ਇੱਕ ਗੱਲ ਤੁਹਾਤੋਂ ਜ਼ਰੂਰ ਪੁੱਛੂਗਾ ਕਿ 5 ਮਾਰਚ ਨੂੰ ਜਦ ਤੁਸੀਂ ਸ਼ਾਮਲ ਹੋਏ ਤੇ ਆਹ ਤੁਹਾਡੀਆਂ ਖਬਰਾਂ ਛਾਇਆ ਹੋਈਆਂ, 5 ਮਾਰਚ ਤੋਂ ਲੈ ਕੇ 31 ਜੁਲਾਈ ਤੱਕ ਹਾਲਾਤ ਕੀ ਬਦਲੇ? ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕਮਜ਼ੋਰ ਪ੍ਰਧਾਨ ਸੀ, ਇੱਕ ਪ੍ਰਧਾਨ ਵਿਦ ਨੈਗੇਟਿਵਿਟੀ ਸੀ, ਤੇ ਤੁਹਾਡੀ ਮਜਬੂਰੀ ਕੀ ਸੀ ਜੁਆਇਨ ਕਰਨ ਦੀ? ਕਿਉਂ ਕੀਤਾ ਗਿਆ? ਇੱਥੇ ਹੀ ਨਹੀਂ, ਜੁਆਇਨ ਨਹੀਂ ਇਕੱਲਾ ਕੀਤਾ ਗਿਆ, ਤੁਹਾਡੀ ਪਰਮਿਸ਼ਨ ਨਾਲ ਮੈਂ 2 ਲਾਈਨਾਂ ਵੀ ਉਹ ਪੜੂੰਗਾ। ਆਫਟਰ ਦੀ ਮਰਜਰ ਢੀਂਡਸਾ ਸੀਨੀਅਰ ਸੈਟ, ਦੇਅਰ ਵਾਜ ਐਨ ਓਵਰਵੈਲਮਿੰਗ ਫੀਲਿੰਗ ਅਮੰਗ ਅਵਰ ਲੀਡਰਸ, ਮਤਲਬ ਉਨ੍ਹਾਂ ਦੇ ਸਹਿਯੋਗ ਤੇ ਅਕਾਲੀ ਦਲ ਦੇ, ਐਂਡ ਵਰਕਰਸ ਟੂ ਮਰਜ ਵਿਦ ਐਸਏਡੀ। ਉਨ੍ਹਾਂ ਨੇ ਫੈਸਲਾ ਮਜਬੂਰੀ ਚ ਲਿਆ ਕਿਉਂਕਿ ਉਨ੍ਹਾਂ ਦੇ ਨਾਲ ਫਿਰਨ ਵਾਲਿਆਂ ਨੇ ਕਹਿਤਾ ਕਿ ਤੁਹਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਐਕਸੈਪਟ ਕਰਨੀ ਪਊਗੀ। ਫਿਰ ਅੱਗੇ ਦੱਸੋ, ਦੀ ਫਾਰਮਰ ਰਾਜਿਆ ਸਭਾ ਮੈਂਬਰ ਸੈਟ, ਅੰਟਾਇਰ ਪਾਰਟੀ ਫੈਲਟ ਦੈਟ ਸੁਖਬੀਰ ਸਿੰਘ ਬਾਦਲ ਐਕਸਪ੍ਰੈਸਡ ਹਾਰਟ ਫੈਲਟ ਰਿਮੋਰਸ ਫਾਰ ਸੈਕਰਲੇਜ ਵਿਚ ਅਗਡ ਇਨ 2015। ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਗੱਲਾਂ ਦੀ ਜਦ ਮਾਫ਼ੀ ਮੰਗ ਲਈ, ਮੈਨੂੰ ਮਹਿਸੂਸ ਹੋ ਗਿਆ ਕਿ ਜਿਹੜੀ ਸਾਡੀ ਮੰਗ ਸੀ ਪੂਰੀ ਹੋ ਗਈ ਤੇ ਅਸੀਂ ਤੁਹਾਡੇ ਸ਼ਾਮਲ ਹੋਏ।
ਮੈਂ ਅਗਲਾ ਸਵਾਲ ਨਹੀਂ ਕਰੂੰਗਾ ਕਿਉਂਕਿ ਬਹੁਤ ਸਵਾਲ ਨੇ ਜਿਹੜੇ ਕੀਤੇ ਜਾ ਸਕਦੇ ਨੇ ਕਿ ਅੱਜ ਹੀ ਸਾਰੀ ਪਟਾਰੀ ਨਹੀਂ ਖੋਲਣੀ। ਅੱਜ ਸਿਰਫ ਇੰਨਾ ਪੁੱਛੂ ਕਿ ਸਰਦਾਰ ਸਾਹਿਬ 2024 5 ਮਾਰਚ ਹੈ, ਤੋਂ ਬਾਅਦ 31 ਤੱਕ 30 ਸਰਕਮਸਟਾਂਸ ਚ ਨਾਲ ਜੁੜਦਾ ਸਵਾਲ ਕਿ ਢੀਂਡਸਾ ਸਾਹਿਬ ਜੇ ਸੁਖਬੀਰ ਸਿੰਘ ਬਾਦਲ ਇੰਨਾ ਹੀ ਵੀਕ ਅਤੇ ਮੈਨ ਵਿਦ ਨੈਗੇਟਿਵਿਟੀ ਐਜ ਪ੍ਰੈਜੀਡੈਂਟ ਸੀ, ਫਿਰ ਆਪਾਂ ਪਰਮਿੰਦਰ ਸਿੰਘ ਦੀ ਟਿਕਟ ਪਿੱਛੇ ਗੁੱਸੇ ਕਿਉਂ ਹੋ ਗਏ? ਕੀ ਲੋੜ ਸੀ ਆਪਾਂ ਨੂੰ? ਆਪਾਂ ਨੈਗੇਟਿਵਿਟੀ ਵਾਲੇ ਤੋਂ ਟਿਕਟ ਕਿਉਂ ਲੈਣੀ ਸੀ? ਆਪਾਂ ਸਾਰਾ ਕੁਛ ਹੀ ਦਾਅ ਤੇ ਲਾਤਾ ਬੱਚੇ ਨੂੰ ਟਿਕਟ ਦਵਾਉਣ ਲਈ। ਗੱਲ ਪਰਿਵਾਰਵਾਦ ਦੀ ਹੁੰਦੀ ਹੈ, ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਪ੍ਰਧਾਨ ਬਣੇ ਤਾਂ ਪਰਿਵਾਰਵਾਦ ਹੈ, ਜੇ ਆਪਣਾ ਬੇਟੇ ਦੀ ਟਿਕਟ ਪਿੱਛੇ ਪਾਰਟੀ ਜਿਹੜੀ 2 ਮਹੀਨੇ ਪਹਿਲਾਂ ਇਕੱਠੀ ਕੀਤੀ ਗਈ ਉਹਦੇ 'ਚ ਫਾੜ ਪਾਇਆ ਜਾਵੇ ਤਾਂ ਉਹ ਪੰਥਕ ਹੈ। ਤੀਸਰੀ ਗੱਲ, ਮੈਂ ਸਮਝਦਾ ਕਿ ਜੋ ਅਕਾਲੀ ਦਲ 'ਚ ਅੱਜ ਹਰਾ ਫਿਰ ਉਹਦੇ ਵਿੱਚ ਥੋੜ੍ਹੀ ਜਿਹੀ ਅਕਾਲੀ ਦਲ ਦੀ ਵੀ ਕਮਜ਼ੋਰੀ ਰਹੀ, ਇਹ ਮੰਨਣਾ ਪਊਗਾ, ਕਿਉਂਕਿ ਜਿਹੜੇ ਲੀਡਰ ਕੰਟੀਨਿਊਸਲੀ 1 ਵਾਰ ਨਹੀਂ 2 ਵਾਰ ਨਹੀਂ 3 ਵਾਰੀ ਹਾਰਦੇ ਹੀ ਰਹੇ, ਜਿੱਤ ਦਾ ਮੂੰਹ ਕਦੇ ਨਹੀਂ ਦੇਖਿਆ, ਕਦੇ ਸੂਰਜ ਗ੍ਰਹਿਣ ਵਾਂਗੂ 5-7 ਸਾਲ 10 ਸਾਲ 20 ਇਲੈਕਸ਼ਨਾਂ ਤੋਂ ਬਾਅਦ ਇੱਕ ਵਾਰੀ ਦੇਖ ਲਿਆ, ਉਹਨਾਂ ਨੂੰ ਅਕੋਮੋਡੇਟ ਕਰਦੇ। ਢੀਂਡਸਾ ਸਾਹਿਬ 97 ਚ ਹਾਰੇ, ਬਾਦਲ ਸਾਹਿਬ ਨੇ ਬਿਜਲੀ ਬੋਰਡ ਦਾ ਜਿਹਦਾ ਚੇਅਰਮੈਨ ਟੈਕਨੀਕਲ ਬਣੇ ਤਾਂ ਬੰਦਾ ਨਹੀਂ ਸੀ ਲੱਗ ਸਕਦਾ, ਉਹ ਲਾਇਆ, ਕੈਬਨਿਟ ਰੈਂਕ ਦਿੱਤਾ, ਤਸੱਲੀ ਨਾ ਹੋਈ ਰਾਜਿਆ ਸਭਾ ਦਿੱਤੀ, ਫਿਰ ਭਗਵਾਨ ਦਾਸ ਅਰੋੜਾ ਮਰ ਗਿਆ, ਸੁਨਾਮ ਸੀਟ ਖਾਲੀ ਹੋ ਗਈ, ਟੌੜਾ ਸਾਹਿਬ ਅਲੈਦਾ ਹੋ ਗਏ, ਟੌੜਾ ਸਾਹਿਬ ਤੇ ਸਾਡੇ ਵੱਲੋਂ ਚੰਦੂ ਮਾਜਰਾ ਸੀ ਖੜਾ ਕਰਤਾ ਪਰਮਿੰਦਰ ਦੇ ਉਲਟ, ਪਰਮਿੰਦਰ ਨੂੰ ਟਿਕਟ ਦਵਾਤੀ। ਯਾਰ ਬੇੜਾ ਸੁਣਨਾ ਤਾਂ ਨਹੀਂ ਸੀ ਹੋ ਗਿਆ ਜੇ ਤੁਸੀਂ ਹਾਰ ਕੇ ਚੇਅਰਮੈਨ ਬਣ ਗਏ, ਰਾਜਿਆ ਸਭਾ ਮੈਂਬਰ ਬਣ ਕੇ ਕਿਸੇ ਸੁਨਾਮ ਦੇ ਵਰਕਰ ਨੂੰ ਟਿਕਟ ਦਵਾ ਦਿੰਦੇ? ਅੱਜ ਆਪਾਂ ਗੱਲ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਪਾਰਟੀ ਨੂੰ ਮਾਰਨਾ ਕਿਹਨੇ ਸ਼ੁਰੂ ਕੀਤਾ? ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ। ਸਰਦਾਰ ਸਾਹਿਬ ਸੈਂਟਰ 'ਚ ਮਿਨਿਸਟਰ, ਸਪੁੱਤਰ ਪੰਜਾਬ 'ਚ ਕੈਬਨਿਟ ਮਿਨਿਸਟਰ। ਮੈਂ ਬਾਕੀ ਗੱਲਾਂ ਫੇਸ ਇੱਕ ਕਹਿ ਕੇ ਉਦੋਂ ਬਾਅਦ ਅਗਲੇ 'ਤੇ ਆਊਂਗਾ। ਚੌੜਾ ਸਾਹਿਬ ਦੀ ਕਹਿੰਦੇ ਜਨਮ ਦਿਨ ਮਨਾਉਣਾ, ਤੁਰ ਸਾਹਿਬ ਦੀ ਕੱਲ੍ਹ ਬਰਸੀ ਮਨਾਏ ਆ, ਦੇਖ ਹੀ ਲਿਆ ਤੁਸੀਂ। ਮੈਂ ਇੱਕੋ ਗੱਲ ਪੁੱਛਦਾ ਕਿ ਜੇ ਟੌੜਾ ਸਾਹਿਬ ਨਾਲ ਹੋਣ ਮੋਹ ਆਇਆ ਹੈ ਤੇ ਟੌੜਾ ਸਾਹਿਬ ਨੂੰ ਉਦੋਂ 10 ਦਸੰਬਰ ਤੋਂ ਬਾਅਦ ਢੀਂਡਸਾ ਸਾਹਿਬ ਨੋਟਿਸ ਕਿਉਂ ਕੱਢਿਆ ਕਿ ਤੁਸੀਂ ਪਾਰਟੀ ਦਾ ਇਨਡਿਸਿਪਲਿਨ ਕ੍ਰੀਏਟ ਕੀਤਾ? ਤੁਸੀਂ ਟੌੜਾ ਸਾਹਿਬ ਨੂੰ ਮੈਂ ਬਿਆਨ ਪੇਸ਼ ਕਰੂੰ ਜਿੱਥੇ ਤੱਕ ਗੋਲਕ ਚੋਰ ਤੱਕ ਕਿਹਾ ਹੋਇਆ, ਅੱਜ ਉਹਨਾਂ ਨੂੰ ਤੁਹਾਡਾ ਜਨਮ ਦਿਨ ਮਨਾਉਣ ਦਾ ਕੀ ਅਧਿਕਾਰ ਹੈ? ਅਪਰਚੁਨਿਸਟ ਅਪਰੋਚ ਹੈ ਨਾ। ਫਿਰ ਇੱਥੇ ਹੀ ਬਸ ਨਹੀਂ, 2017-15 ਵਾਲਾ ਕਾਲਾ ਸਮਾਂ ਲੰਘਦਾ, 2 ਸਾਲ ਬਾਅਦ ਇਲੈਕਸ਼ਨ ਆਉਂਦੀ ਹੈ ਅਸੈਂਬਲੀ ਦੀ। ਅੱਜ ਕਲੇਰ ਨੇ ਜੀ ਸੁਖਬੀਰ ਸਿੰਘ ਨੂੰ ਮਿਲ ਕੇ ਜੱਫੀ ਪਾ ਲਈ, ਵਾਹ ਵਾਹ, ਬੜਾ ਅਖਬਾਰਾਂ ਨੇ ਵੀ ਲਿਖਤਾ, ਇਹਨਾਂ ਨੇ ਵੀ ਚੱਕ ਲਿਆ, ਹੁਣ ਇਹ ਕਲੇਰ ਦੇ ਵਕੀਲ ਬਣੇ ਬੈਠੇ ਆ ਸੁਧਾਰ ਲਹਿਰ ਵਾਲੇ, ਕਿ ਦੱਸੋ ਕਿ ਕਲੇਰ ਕੀ ਕਹਿੰਦਾ। ਤੁਸੀਂ ਯਾਰ ਪੁੱਛ ਲਓ ਕਲੇਰ ਨੂੰ ਜਾ ਕੇ ਕੀ ਕਹਿੰਦੇ, ਤੁਹਾਡਾ ਹੀ ਭੇਜਿਆ ਹੋਇਆ, ਕਿਉਂਕਿ ਹੁਣ ਜਿੰਨਾ ਚਿਰ ਅਕਾਲ ਤਖ਼ਤ ਸਾਹਿਬ ਦੇ ਫੈਸਲਾ ਨਹੀਂ ਹੋਣਾ ਤੁਸੀਂ ਰੋਜ਼ ਇੱਕ ਅੱਧਾ ਪਿੰਜਰੇ 'ਚੋਂ ਤੋਤਾ ਛੱਡਣਾ, ਜਿਹਨੇ ਪੜ੍ਹੇ ਹੋਏ ਨੇ ਬੋਲੀ ਬੋਲਣੀ ਹੈ।
ਤੁਸੀਂ ਉਹਦੀ ਵਕਾਲਤ ਕਿਉਂ ਕਰਦੇ ਹੋ? ਜਿਹੜੇ ਬੰਦੇ ਨੇ ਗੁਨਾਹ ਬੇਲੱਜ਼ਤ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਦੀ ਕ੍ਰੈਡੀਬਿਲਟੀ ਬਣਾ ਕੇ ਆਪਣੇ ਰਾਜਨੀਤਿਕ ਵਿਰੋਧ ਨੂੰ ਤੁਸੀਂ ਜਿਤਾਉਣਾ ਚਾਹੁੰਦੇ ਹੋ? ਚਲੋ ਟਿਕਟ ਲੈ ਲਈ, ਉਹ ਟਿਕਟ ਜਿੱਤਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਤਲਬ ਕੀਤਾ ਕਿ ਡੇਰੇ ਤੋਂ ਸਪੋਰਟ ਲਈਏ? ਸਰਦਾਰ ਪਰਮਿੰਦਰ ਸਿੰਘ ਢੀਂਡਸਾ ਤੇ 11 ਹੋਰ ਅਕਾਲੀ ਤਲਬ ਹੋਏ ਸੀ, 13 ਕਾਂਗਰਸੀ ਹੋਏ ਸੀ, ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਉੱਥੇ ਪੇਸ਼ ਹੋ ਕੇ ਮਾਫ਼ੀ ਮੰਗੀ ਕਿ ਮੈਂ ਡੇਰੇ ਗਿਆ, ਡੇਰੇ ਦੀ ਸਪੋਰਟ ਲਈ। ਰਜਿੰਦਰ ਕੌਰ ਭੱਠਲ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਨੂੰ 10 ਜਨਮ ਨਹੀਂ ਸੀ ਹਰਾ ਸਕਦੇ ਜੇ 24 ਦੀ 24,000 ਡੇਰੇ ਦੀ ਵੋਟ ਕੰਸੋਲੀਡੇਟਡ ਪਰਮਿੰਦਰ ਨੂੰ ਨਾ ਪੈਂਦੀ। ਡੇਰੇ ਤੋਂ ਵੋਟ ਲੈ ਕੇ ਤੁਸੀਂ ਜਿੱਤੋ, ਉਹ ਗੁਨਾਹ ਨੂੰ ਤਸਲੀਮ ਤੁਸੀਂ ਕਰੋ, MLA ਬਣਨ ਦਾ ਚਾਂਸ ਤੁਸੀਂ ਅਵੇਲ ਕਰੋ, ਤੇ ਗਾਲਾਂ ਤੇ ਦੋਸ਼ ਸੁਖਬੀਰ ਸਿੰਘ ਬਾਦਲ ਕਿੱਥੋਂ ਦਾ ਇਤਿਹਾਸ ਕਹਿੰਦਾ ਜੀ? ਹੁਣ ਮੈਂ ਕਿਉਂਕਿ ਇੱਕੋ ਦਿਨ ਨਹੀਂ ਬਤਾਉਣੀ, ਫਿਰ ਤਾਂ ਕਹਾਣੀ ਲਾ ਜੂ, ਬਹੁਤ ਵੱਡੀ ਹੈ, ਕਿਤਾਬ ਲਿਖੀ ਜਾ ਸਕਦੀ ਹੈ, ਇੱਕ ਇੱਕ ਸਫ਼ਾ ਮੇਰੇ ਕੋਲ ਹਿਸਟਰੀ ਦਾ ਹੈਗਾ ਜਦ ਇਹਨਾਂ ਨੇ ਲੀਡਰਸ਼ਿਪ ਨੂੰ ਬਿਟਰੇ ਕੀਤਾ। ਕਿਉਂਕਿ ਤੁਸੀਂ ਬਹੁਤ ਸਾਰੇ ਪ੍ਰੈਸ ਵਾਲੇ ਨਵੇਂ ਜਾਂਦੇ, ਇਹਨਾਂ ਦੀ ਪੋਲੀਟੀਕਲ ਐਂਟਰੀ ਵੀ ਹੋਈ ਹੈ ਨਾ, ਇਹ ਧਨੌਲੇ ਤੋਂ ਇੰਡੀਪੈਂਡੈਂਟ ਆਫੀਸ਼ੀਅਲ ਕੈਂਡੀਡੇਟ ਦੇ ਅਗੇਂਸਟ ਜਿੱਤ ਕੇ ਬਣੇ ਸੀ MLA ਪਹਿਲੀ ਵਾਰ। ਸਫ਼ਰ ਵੀ ਇੰਡੀਪੈਂਡੈਂਟ ਸ਼ੁਰੂ ਹੋਇਆ ਤੇ ਸਮਾਪਤੀ ਵੀ ਇੰਡੀਪੈਂਡੈਂਟ, ਵਿਚ ਜੋ ਕੁਛ ਹੋਇਆ ਅਵੇਲ ਕਰਦੇ ਰਹੇ। ਪ੍ਰੋਫੈਸਰ ਸਾਹਿਬ, ਮੈਨੂੰ ਬੜਾ ਕੱਲ ਹਾਸਾ ਆਇਆ, ਮਾੜੀ ਜੀ ਗੱਲ ਸੁਣੀ। ਸੁਖਬੀਰ ਨੂੰ ਪੁੱਛੋ ਰਾਤ ਨੂੰ ਕਿਉਂ ਜਾ ਕੇ ਮਿਲਦਾ? ਮੈਂ ਕਿਹਾ ਤੁਸੀਂ ਦਲੇਰ ਹੋ, ਤੁਸੀਂ ਦਿਨੇ ਲੈ ਗਏ ਟੌੜਾ ਸਾਹਿਬ ਨੂੰ ਨਨਕਾਰੀਆਂ ਦੇ ਸਤਸੰਗ ਚ, ਉਸ ਚਿੱਟੀ ਚਾਦਰ ਤੇ ਦਾਗ ਲਵਾਤਾ ਆਪਣੀ ਇਲੈਕਸ਼ਨ ਜਿੱਤਣ ਲਈ, ਅਮਰ ਆਸ਼ਰਮ ਪਟਿਆਲੇ ਨਨਕਾਰੀ ਸਮਾਗਮ ਚ ਲੈ ਗਏ, ਆਪ ਮਗਰਲੇ ਦਰਵਾਜ਼ੇ ਭੱਜਿਆ ਆਇਆ, ਟੌੜਾ ਸਾਹਿਬ ਨੂੰ ਕਾਲ ਤਖ਼ਤ ਪੇਸ਼ ਕਰਾਤਾ। ਸਰਦਾਰ ਪ੍ਰੇਮ ਸਿੰਘ ਉਨ੍ਹਾਂ ਨੂੰ ਮੈਂ ਬੜੀ ਨਿਮਰਤਾ ਸਹਿਤ ਪੁੱਛਦਾ ਕਿ ਸੁਖਬੀਰ ਸਿੰਘ ਤੂੰ ਤਾਂ ਮਿਲਣ ਕਰਕੇ ਤੇਰੇ ਕਹਿਣ ਮੁਤਾਬਕ ਪ੍ਰਦੀਪ ਕਲੇਰ ਦੇ ਗੁਨਾਹ ਮੰਨਣਾ ਚਾਹੀਦਾ, ਤੇ ਤੁਸੀਂ ਨਿਰਕਾਰੀਆਂ ਦੇ ਜਿਨ੍ਹਾਂ ਦੇ ਉਲਟ ਆਦੇਸ਼ ਜਾਰੀ ਹੋਇਆ ਉਨ੍ਹਾਂ ਦੇ ਸਮਾਗਮ ਚ ਜਾ ਕੇ ਅਟੈਂਡ ਕਰੋ? ਪ੍ਰੈਸ ਸਾਹਿਬ ਇਹਦਾ ਗੁਨਾਹ ਕਦੇ ਮੰਨ ਕੇ ਕਦੇ ਮਾਫ਼ੀ ਮੰਗੀ ਹੈ? ਕਦੇ ਮੰਗੀ ਹੈ ਮਾਫ਼ੀ? ਨਹੀਂ ਮੰਗੀ। ਕਿਉਂ ਨਹੀਂ ਮੰਗਦੇ? ਕਿਉਂਕਿ ਤੁਹਾਡੀ ਖੁਦ ਦੀ ਗੱਲ ਸੀ ਪਾਰਲੀਮੈਂਟ ਦੀ ਇਲੈਕਸ਼ਨ ਤਾਂ ਨਹੀਂ ਮੰਨੀ। ਦੂਸਰੀ ਗੱਲ, 1985 ਚ ਕੋਆਪਰੇਟਿਵ ਮਿਨਿਸਟਰ ਬਰਨਾਲਾ ਸਾਹਿਬ ਦੀ ਗੌਰਮੈਂਟ ਚ ਅਰੁਣ ਨਹਿਰੂ ਤੇ ਅਰੁਣ ਸਿੰਘ ਦੇ ਕਹਿਣ ਤੇ ਆਪਰੇਸ਼ਨ ਬਲੈਕ ਥੰਡਰ ਹੁੰਦਾ, ਕੈਬਨਿਟ ਅਪਰੂਵ ਕਰਦੀ ਹੈ, ਜਿਸ ਕੈਬਨਿਟ ਚੰਦੂ ਬਾਜਰਾ ਸਾਹਿਬ ਵਿਚ ਹੈ, ਫੱਟੀ ਵਿਚਾਰੇ ਬਰਨਾਲਾ ਸਾਹਿਬ ਦੇ ਗੱਲ ਤੋਂ ਆਦੀ ਆਪ ਫੇਰ ਨਿਕਲ ਗਿਆ। ਹੁਣ ਜਦ ਜਾ ਕੇ ਤੁਸੀਂ ਇਕੱਠੇ ਕਹਿੰਦੇ ਹੋ ਕਿ ਜੀ ਸੁਖਬੀਰ ਸਿੰਘ ਵੇਲੇ ਗਲਤੀਆਂ ਹੋਈਆਂ, ਅਸੀਂ ਰੋਕ ਨਹੀਂ ਸਕੇ, ਸਾਨੂੰ ਵੀ ਮਾਫ਼ ਕਰ ਦੋ। ਸਰਦਾਰੋ, ਉਦੋਂ ਤਾਂ ਨਾਲ ਮੋਹਰ ਲਾਉਣ ਵਾਲੇ ਸੀ ਤੁਸੀਂ, ਉਹ ਗਲਤੀ ਦੀ ਮਾਫ਼ੀ ਮੰਗੀ ਅੱਜ ਤੱਕ? ਕੌਣ ਮਾਫ਼ ਕਰੂ? ਤੁਹਾਨੂੰ ਰੱਬ ਵੀ ਨਹੀਂ ਮਾਫ਼ ਕਰ ਸਕਦਾ ਜਿਨ੍ਹਾਂ ਨੇ ਅਕਾਲ ਤਖ਼ਤ ਜੋ ਕਾਂਗਰਸ ਨੇ ਕੀਤਾ ਤੁਹਾਡੇ ਤੁਸੀਂ ਰਿਪੀਟ ਕੀਤਾ, ਉਹਦੀ ਮਾਫ਼ੀ ਕਿਉਂ ਨਹੀਂ ਮੰਗਦੇ? ਤੇਰਾ ਮੈਂ ਤੁਹਾਨੂੰ ਮੇਰੇ ਖਿਆਲ ਹੋਣੀ ਹੈ ਕਿ ਦੇਦਵਾ ਜਿਹੜੀ ਜਨਵਰੀ 86 ਵਿਚ ਚੰਦੂ ਮਾਜਰਾ ਸਾਹਿਬ ਦੇ ਹੈਂਚਮੈਨਾਂ ਨੇ ਅਕਾਲ ਤਖ਼ਤ ਜਾ ਕੇ ਅੱਗੇ ਗੁੰਡਾਗਰਦੀ ਕੀਤੀ, ਗੋਲੀਆਂ ਚਲਾਈਆਂ, ਚੰਦ ਹੈ ਜੀ ਤੁਹਾਡੇ ਕੋਲ ਹੈ? ਬੈਂਸ ਸਾਹਿਬ ਇਹ ਘਟਾ ਦੋ, ਇਹਦੀ ਕਾਪੀਆਂ ਦੇ ਦੇਣਾ ਦਿੱਤੀਆਂ। ਉਸ ਅਖਬਾਰ ਚ ਲਿਖਿਆ ਕਿ ਚੰਦੂ ਮਾਜਰਾ ਸਾਹਿਬ ਆਪਣੇ ਬੰਦਿਆਂ ਨੂੰ ਭੇਜ ਕੇ
ਉਸ ਦਿਨ ਹੋਣਾ ਕੀ ਸੀ ਅਕਾਲ ਤਖ਼ਤ ਤੇ ਕਿਉਂ ਕੀਤੀ ਇਨ੍ਹਾਂ ਨੇ? ਜਿਹੜਾ ਮਿਸਿਸ ਗਾਂਧੀ ਨੇ ਸਰਕਾਰੀ ਅਕਾਲ ਤਖ਼ਤ ਬਣਾਇਆ ਸੀ ਢੱਠਿਆ ਪੋਰਸ਼ਨ ਰੀਪੇਅਰ ਕਰਾ ਕੇ, ਉਸ ਦਿਨ ਜਨਵਰੀ 86 ਵਿਚ ਦੇਖ ਲਿਆ ਮੈਂ, ਵਧੀਆ ਹੋ ਗਿਆ। ਜਨਵਰੀ 86 ਵਿਚ ਉਹਨੂੰ ਢਾਉਣਾ ਸ਼ੁਰੂ ਕਰਨਾ ਸੀ, ਉਨ੍ਹਾਂ ਨੂੰ ਟਕਸਾਲ ਦੇ ਸਿੰਘਾਂ ਨੂੰ ਰੋਕਣ ਲਈ ਉਥੇ ਗੋਲੀ ਚਲਵਾਈ ਅਕਾਲ ਤਖ਼ਤ ਸਾਹਿਬ ਤੇ। ਚੰਦੂ ਮਾਜਰਾ ਸਾਹਿਬ, ਮੈਂ ਨਹੀਂ ਕਹਿ ਰਿਹਾ, ਇਹ ਪੇਪਰ ਕਹਿ ਰਿਹਾ ਪੰਜਾਬੀ ਦਾ, ਉਹ ਤੁਹਾਡੇ ਕੋਲ ਹੈ ਅਵਤਾਰ ਸਿੰਘ, ਤੁਹਾਡੇ ਕੋਲ ਹੋਣੀ ਹੈ ਪੰਜਾਬੀ ਦੀ ਉਹ ਕਾਪੀ ਜਿਹੜੀ ਚੰਦੂ ਮਾਜਰਾ ਸਾਹਿਬ ਦੀ ਖਬਰ ਛਪੀ ਸੀ, ਕਿ ਦੇ ਦੇਵਾਂ ਮੈਂ? ਚਲੋ ਤੁਹਾਨੂੰ ਕਾਪੀਆਂ ਦੇ ਦੇਣਾ, ਮੈਂ ਸਾਹਿਬ ਉਹ ਵੀ ਕਢਾ ਦੇਣਾ ਕਾਪੀਆਂ, ਰਜੇਦੀਪ ਕਢਾ ਦੇਣਾ ਕਾਪੀ, ਉਹਨੇ ਅੱਜ ਦੇਣਾ ਜਾਂ ਜਨਵਰੀ 86। ਉਹ ਗੁਨਾਹ ਘੱਟ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਗੋਲੀਆਂ ਚਲਾਉਣ ਤੁਹਾਡੇ ਬੰਦੇ? ਦੇਖੋ ਪੇਪਰ ਨੇ ਲਿਖਿਆ ਕਿ ਚੰਦੂ ਮਾਜਰੇ ਦੇ ਬੰਦਿਆਂ ਨੇ, ਜਦ ਉਹ ਬਤੌਰ ਮੰਤਰੀ ਅੰਮ੍ਰਿਤਸਰ ਦੇ ਸਰਕਟ ਹਾਊਸ ਬੈਠਾ ਸੀ। ਇਹ ਗੁਨਾਹ ਮਾਫ਼ ਹੋ ਸਕਦਾ? ਫੇਰ ਯਾਰ ਸਵਾਲ ਹੈ, ਮੈਂ ਤਾਂ ਕਹਿੰਦਾ ਛੱਜ ਦਾ ਬੋਲੇ ਛਾਨਣੀ ਬੋਲੀ ਜਾਂਦੀ ਹੈ। ਆ ਖਬਰਾਂ, ਇਹ ਅਖਬਾਰ ਅਜੀਤ ਹੀ ਲੱਗਦਾ ਮੈਨੂੰ ਤਾਂ, ਨਹੀਂ ਲਾਭ ਸਿੰਘ ਸਿੱਧੂ ਹੈ, ਲਾਭ ਸਿੰਘ ਸਿੱਧੂ ਜਗਬਾਣੀ। ਡੇਰਾ ਮੁਖੀ ਨੂੰ ਮੁਆਫੀ, ਦੂਰ ਦ੍ਰਿਸ਼ਟੀ ਵਾਲਾ ਫੈਸਲਾ ਚੰਦੂ ਮਾਜਰਾ ਸਾਹਿਬ, ਇਹ ਤੁਹਾਨੂੰ ਦੇ ਚੰਦੂ ਮਾਜਰਾ ਸਾਹਿਬ। ਇਹ ਵੀ ਸੁਖਬੀਰ ਸਿੰਘ ਨੇ ਲਿਖਾਤਾ ਸੀ ਕਿ ਤੂੰ ਵਸੀ ਲਿਖਾਇਆ? ਆਪਾਂ ਗੱਲ ਕਿਹੜੀ ਕਰਨੀ ਚਾਹੁੰਦੇ ਹਾਂ? ਯਾਰ ਕਮਾਲ ਹੋ ਗਈ ਗੱਲ, ਪਾਂਧੇ ਨੂੰ ਸਬਕ ਪੜਾਉਂਦੇ ਆ, ਆਪ ਬਸਤਾ ਨਹੀਂ ਹੱਥ ਚ ਫੜਨਾ। ਲੋਕ ਜਵਾਬ ਮੰਗਦੇ, ਮੈਂ ਤਾਂ ਸਿਰਫ ਉਹਨਾਂ ਦਾ ਲੋਕਾਂ ਦਾ ਇੱਕ ਸਾਧਨ ਬਣਿਆ, ਪੰਥ ਤੇ ਪੰਜਾਬ ਪੁੱਛਦਾ ਇਹਨਾਂ ਨੂੰ। ਆਹ ਦੇਖ ਲਓ ਫੇਰ ਗੱਲ ਆ ਗਈ ਅਸੈਂਬਲੀ ਦੀ, 19 ਪਾਰਲੀਮੈਂਟ ਹਾਰੇ, 22 ਚ ਅਸੈਂਬਲੀ ਹਾਰੇ। ਪ੍ਰਧਾਨ ਸਾਹਿਬ ਦੇ ਮੈਨੂੰ ਕਹਿਣਾ ਨਹੀਂ ਚਾਹੀਦਾ, ਪੰਜਾਬੀ ਚ ਜੇ ਕਹਾਂ ਤਾਂ ਗੱਲ ਗੂਠਾ ਦੇ ਗਈ, ਨਹੀਂ ਇੰਨਾ ਮਜਬੂਰ ਕਰਕੇ ਸਨੌਰ ਤੇ ਘਨੌਰ ਲੈ ਲਈਆਂ, ਪਾਰਟੀ ਚ ਰੌਲਾ ਪਿਆ ਕਿ ਜੀ ਇੱਕ ਪਰਿਵਾਰ ਚ ਦੋ ਦੋ ਟਿਕਟਾਂ ਦੇਈ ਜਾਂਦੇ ਹਾਂ। ਮਲੂਕਾ ਸਾਹਿਬ ਦੇ ਮੁੰਡੇ ਵਾਲੀ ਖੋਲੀ, ਉਹ ਗੁੱਸੇ ਹੋ ਗਏ, ਕਿੱਥੋਂ ਦਾ ਕਾਨੂੰਨ ਆ ਜੀ? ਜੇ ਕੋਈ ਸੁਧਾਰ ਕਰਨਾ ਪਹਿਲਾਂ ਸਟਾਰਟ ਫਰੋਮ ਦੀ ਘਰੋਂ ਕਰੋ ਨਾ। ਪਰ ਇੱਥੇ ਕੀ ਆ, ਨਾ ਮੁੰਡੇ ਸੀਰ ਨਹੀਂ ਆ ਮੁੰਡ ਆਪਣਿਆਂ ਨੂੰ, ਫਿਰ 24 ਦੀ ਇਲੈਕਸ਼ਨ ਆ ਗਈ, ਕਿਸੇ ਨੇ ਟਿਕਟ ਨਹੀਂ ਦਿੱਤੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਆਨੰਦਪੁਰ ਸਾਹਿਬ ਤੋਂ ਆਪਣਾ ਕਲੇਮ ਜਿਤਾਇਆ, ਇਨ੍ਹਾਂ ਨੇ ਫਿਰਨਾ ਸ਼ੁਰੂ ਕਰਤਾ। ਡਾਕਟਰ ਚੀਮਾ ਨੇ ਪੈਰਲਰ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ। ਮੈਂ ਪ੍ਰਧਾਨ ਸਾਹਿਬ ਦੇ ਧਿਆਨ ਚ ਲੈਂਦਾ, ਮੈਂ ਕਿਹਾ ਪ੍ਰਧਾਨ ਸਾਹਿਬ ਡਾਕਟਰ ਚੀਮਾ ਓਫੈਂਡਡ ਨੇ ਕਿ ਮੈਂ ਰੋਪੜ ਹਲਕੇ ਤੋਂ ਹਾਂ, ਇਹ ਪਟਿਆਲੇ ਤੋਂ ਲੜਦੇ ਨੇ ਸੀਟਾਂ ਅਸੈਂਬਲੀ ਦੀਆਂ, ਇਹ ਪਟਿਆਲੇ ਜਾ ਕੇ ਲੜਨ ਕਿ ਲੋਕ ਕਹਿੰਦੇ ਆ ਕਿ ਰਾਣੀ ਨਾਲ ਸਮਝੌਤਾ ਹੋ ਗਿਆ, ਉਥੋਂ ਲੜਨੀ ਨਹੀਂ ਤੇ ਮੇਰੇ ਹਲਕੇ ਚ ਕਿਉਂ ਆਉਂਦੇ ਆ? ਉਥੇ ਫੇਰ ਜਿੱਦ ਪਗਾਈ,
ਯਾਰ ਹੁਣ ਵੋਟ ਲੋਕਾਂ ਨੇ ਪਾਉਣ, ਸੁਖਬੀਰ ਸਿੰਘ ਹੀ ਕਰੇ, ਸੁਖਬੀਰ ਸਿੰਘ ਦੇ ਹੱਥ ਤਾਂ ਟਿਕਟ ਸੀ, ਚੱਲ ਇਹ ਵੀ ਮੰਨ ਲਈ ਕਿ ਟਿਕਟ, ਚੱਲ ਸੁਖਬੀਰ ਸਿੰਘ ਨੇ ਜ਼ਬਰਦਸਤੀ ਸੀ, ਇਹ ਮੰਨ ਲਓ ਇਹਨਾਂ ਨੇ, ਇਹੀ ਕਹਿਣਗੇ ਨਾ ਕਿ ਮੈਂ ਤਾਂ ਲੜਦਾ ਨਹੀਂ ਸੀ। ਸਲਾਜੀ ਫਿਰ ਜੇ ਜ਼ਬਰਦਸਤੀ ਦੇ ਤੀ, ਫਿਰ ਆਪਾਂ 9 ਦੇ 9 ਹਲਕਿਆਂ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਲਗੇ ਗੇੜਾ ਕਢਾਉਣ? ਨਾਲ ਕਾਰ ਤੇ ਬੈਠੇ ਕਹਿੰਦੇ ਆ ਛੱਤ ਤੇ ਕਿ ਆਹ ਜਿਹੜਾ ਇਕੱਠ ਹੈ ਨਾ ਪ੍ਰਧਾਨ ਜੀ, ਹੁਣ ਗੱਲ ਸਾਫ਼ ਹੋ ਗਈ, ਆਪਣੀ ਬਣ ਗਈ ਗੱਲ। ਪਰ ਨਹੀਂ, ਨੁਕਸਾਨ ਸੁਖਬੀਰ ਸਿੰਘ ਬਾਦਲ। ਅੱਜ ਮੈਂ ਸਿਰਫ ਟ੍ਰਿਲੇਟਰ ਦਿਖਾ ਰਿਹਾ। ਫਿਰ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਕਿਹਾ ਨਾ ਅਸੀਂ ਮਹਾਨ ਅਕਾਲੀ ਸ਼ਖਸੀਅਤਾਂ ਦੇ ਦਿਨ ਮਨਾਵਾਂਗੇ, 79 ਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸੀ, ਗੁਰਦੁਆਰਾ ਆਲਮਗੀਰ ਸਾਹਿਬ ਵੇਲੇ ਪਾਰਟੀ ਦੀ ਹਾਈ ਕਮਾਂਡ ਕੈਂਡੀਡੇਟਾਂ ਦੀ ਇੰਟਰਵਿਊ ਕਰਦੀ ਸੀ, ਲੰਚ ਲਈ ਜਿਹੜੀ ਉਹਦੀ ਦਿਓੜੀ ਆ ਉਹਦੇ ਉੱਪਰ ਆਏ, ਦਫ਼ਤਰ 'ਚ ਮੀਟਿੰਗ ਹੋ ਰਹੀ ਸੀ, ਪ੍ਰਸ਼ਾਦਾ ਛਕਣ ਲਈ ਸਾਰੇ ਥੱਲੇ ਆਏ, ਪ੍ਰੈਸ ਵਾਲਿਆਂ ਨੇ ਜਿਵੇਂ ਤੁਸੀਂ ਸਹਿ ਸੁਭਾਅ ਪੁੱਛਿਆ, ਸ਼ਰਾਰਤ ਹੋ ਗਈ, ਕਹਿੰਦੇ ਬਾਦਲ ਸਾਹਿਬ ਜਦ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ, ਚੌੜਾ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਜੇ ਸਾਡੀ ਸਰਕਾਰ ਬਣੂ ਸਾਡਾ ਮੁੱਖ ਮੰਤਰੀ ਬਾਦਲ ਹੋਊਗਾ, ਤੇ ਤੁਸੀਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਵੰਡਦੇ ਪਏ ਹੋ, ਜੇ ਸ਼੍ਰੋਮਣੀ ਕਮੇਟੀ ਤੁਹਾਨੂੰ ਸੇਵਾ ਸੰਭਾਲਤੀ ਤਾਂ ਤੁਹਾਡਾ ਪ੍ਰਧਾਨ ਕੌਣ ਹੋਊਗਾ? ਉਹ ਕਹਿੰਦੇ ਟੌੜਾ ਸਾਹਿਬ ਸਾਡੇ ਪੱਕੇ ਪ੍ਰਧਾਨ ਨੇ। ਵਡਾਲਾ ਸਾਹਿਬ ਉਥੋਂ ਵਾਕਆਊਟ ਕਰ ਗਏ ਅਕਾਲੀ ਦਲ ਚ, ਕਹਿੰਦੇ ਬਾਦਲ ਸਾਹਿਬ ਇਹ ਕਿੱਥੋਂ ਦੀ ਡੈਮੋਕਰੇਸੀ ਹੋਈ, ਹਲੇ ਟਿਕਟਾਂ ਵੰਡਦੇ ਹੋ ਤੁਸੀਂ ਟੌੜਾ ਪ੍ਰਧਾਨ ਹੀ ਬਣਾਤਾ, ਮੇਰੇ ਚ ਕੀ ਕਮੀ ਹੈ? ਟੌੜੇ ਨੂੰ ਦੇਖ ਕੇ ਜਰ ਨਾ ਸਕਣ ਵਾਲੇ, ਪਾਰਟੀ ਛੱਡ ਕੇ ਭੱਜਣ ਵਾਲੇ, ਹੁਣ ਬੜਾ ਪਿਓ ਆ ਗਿਆ ਟੌੜਾ ਸਾਹਿਬ ਦਾ। ਜਦ ਸਮਝੌਤਾ ਹੋ ਗਿਆ ਬਾਦਲ ਸਾਹਿਬ ਤੇ ਟੌੜਾ ਸਾਹਿਬ ਦਾ, ਜਿਹੜੇ ਵਖਰੇਵੇਂ ਹੋਏ ਸੀ 98 ਚ, ਇਕੱਠੇ ਹੋ ਗਏ। ਅਵਤਾਰ ਸਿੰਘ, ਸੁਣਨ ਵਾਲੀ ਗੱਲ ਹੈ ਕਿਉਂਕਿ ਤੁਸੀਂ ਕਾਫੀ ਰੁਚੀ ਰੱਖਦੇ ਹੋ ਨਾ ਇਤਿਹਾਸ, ਤੇ ਚੰਨੂ ਮਾਜਰਾ ਸਾਹਿਬ ਤੇ ਜੀਰਾ ਬਾਹਰ ਰਹਿ ਗਏ, ਇਨ੍ਹਾਂ ਨੇ ਫਿਰ ਪਟਿਆਲੇ ਦਾਣਾ ਮੰਡੀ ਚ ਇਕੱਠ ਕੀਤਾ। ਓਏ ਹੋਏ ਹੋਏ, ਉਹ ਟੌੜਾ ਸਾਹਿਬ ਨੂੰ ਗਾਲਾਂ ਕੱਢੀਆਂ, ਉਹ ਟੌੜਾ ਸਾਹਿਬ ਨੂੰ ਗਾਲਾਂ ਕੱਢੀਆਂ, ਆਪਣੇ ਜਵਾਈ ਦੇ ਮੋਹ ਚ ਆ ਕੇ ਇਹਨੇ ਪੰਥ ਵੇਚਤਾ, ਗੋਲਕਾਂ ਦੀਆਂ ਧੱਜੀਆਂ ਉਡਾਉਣ ਵਾਲਾ ਟੌੜਾ, ਜਿਹੜੀ ਗੱਲ ਸਾਡੇ ਕੰਨ ਸੁਣ ਨਹੀਂ ਸਕਦੇ, ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਹੀਆਂ, ਜੇ ਕਿਸੇ ਨੂੰ ਸ਼ੱਕ ਆ ਤੁਹਾਨੂੰ ਰਿਕਾਰਡ ਪੇਸ਼ ਕਰ ਦਾਂਗੇ, ਅਖਬਾਰਾਂ 'ਚ ਆਈਆਂ ਹੋਈਆਂ ਨੇ, ਅਖਬਾਰਾਂ 'ਚ ਆਈਆਂ। ਹੁਣ ਟੌੜਾ ਸਾਹਿਬ ਦਾ ਮੋਹ ਜਾਗਦੇ, ਜਿਹੜਾ ਮਾਲ ਰਿਜੈਕਟ ਕਰਕੇ ਆਪਦੇ ਜਾਣੇ ਸੁੱਟਦਾ ਬਾਹਰ, ਜਿੰਨੇ ਟੌੜਾ ਸਾਹਿਬ 'ਚ ਨੁਕਸ ਇਨ੍ਹਾਂ ਨੇ 2004 'ਚ ਕੱਢਤੇ, ਹਿਸਟਰੀ ਨਹੀਂ ਕੱਢ ਸਕੀ, ਉਨ੍ਹਾਂ ਦੀ ਸ਼ਖਸੀਅਤ 'ਚ ਕੋਈ ਸਿਆਣਾ ਬੰਦਾ ਨਹੀਂ ਕੱਢ ਸਕਿਆ, ਇਨ੍ਹਾਂ ਨੇ ਕੱਢਤੇ, ਹੁਣ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਗੱਲ ਆ ਗਈ। ਇਹ ਲੋਕ ਗੱਲਾਂ ਜਾਣਦੇ ਨੇ, ਲੋਕ ਇਹ ਗੱਲਾਂ ਜਾਣਦੇ ਨੇ। ਹੁਣ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹੁੰਦਾ, ਇਹ ਤੁਹਾਡੇ ਵੀਰੋ ਸਾਡੇ ਤਾਂ ਕਰਦਾ, ਇਹ ਜਿਹੜਾ ਆਪਰੇਸ਼ਨ ਆਪ ਵਾਲੇ ਕਹਿੰਦੇ ਲੋਟਸ, ਇਹ ਆਪਰੇਸ਼ਨ ਨਾਗਪੁਰ ਹੈ, ਇਹਨਾਂ ਨੂੰ ਸਰਕਾਰਾਂ ਪੰਜਾਬ ਤੇ ਦਿੱਲੀ ਵਾਲੀਆਂ ਸਪੋਰਟ ਕਰਦੀਆਂ। ਬੜੀ ਰਿਲਾਇਬਲ ਗੱਲ ਕਰਦਾ ਤੁਹਾਡੇ ਸਾਹਮਣੇ, ਇਨ੍ਹਾਂ ਨੂੰ ਜਦ ਇਨ੍ਹਾਂ ਨੇ ਕੰਮ ਰੰਭਣ ਲੱਗਿਆ, ਇਨ੍ਹਾਂ ਦੀਆਂ ਲੱਤਾਂ ਭਾਰ ਚੱਲਣ ਵਾਲੀਆਂ, ਉਨ੍ਹਾਂ ਨੇ ਕਿਹਾ ਇੱਕ ਵਾਰੀ ਤੁਸੀਂ ਮਾੜਾ ਜਿਹਾ ਅਡੰਬਰ ਜਿਹਾ ਬਣਾ ਲਓ, ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰਾ ਦਾਂਗੇ, ਤੁਹਾਡਾ ਸਿੰਬਲ ਤੇ ਵੀ ਕਬਜ਼ਾ ਕਰਾ ਦਾਂਗੇ। ਚੜ ਪੁੱਤ ਸੂਲੀ ਰੱਬ ਭਲੀ ਕਰੂਗਾ, ਇਹ ਸੂਲੀ ਚੜ ਗਏ ਹੁਣ ਕਿੱਥੋਂ ਲਿਆ ਬਣਾ ਦੇਣਗੇ। ਹੁਣ ਮੈਨੂੰ ਆਉਂਦਾ ਢੀਂਡਸਾ ਸਾਹਿਬ ਨੇ ਕਿਹਾ ਕੱਲ
ਅਸੀਂ ਡੈਲੀਗੇਟ ਸੈਸ਼ਨ ਬੁਲਾਵਾਂਗੇ, ਬੁਲਾਉਣ ਰੈਕੁਜ਼ੀਸ਼ਨ ਦੇਣ, ਆਪ ਖੁਦ ਮੈਂਬਰ ਨਹੀਂ ਗਏ। ਇਹ ਬੁਲਾ ਕੇ 494 ਸੀ ਡੈਲੀਗੇਟ ਲਾਸਟ, ਕੁਛ ਡੈਥ ਹੋ ਗਈ, ਕੁਛ ਪਾਰਟੀਆਂ ਚ ਛੱਡ ਗਏ। ਜੇ 100% ਨਹੀਂ, ਮੈਂ ਕਹਿ ਸਕਦਾ 98-99% ਡੈਲੀਗੇਟ ਆ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਲਈ ਖੜੇ ਨਹੀਂ। ਕੀ ਚਾਹੁੰਦੇ, ਕੀ ਕਰਨਾ, ਕੀ ਚਾਹੁੰਦੇ? ਮੈਂ ਤਾਂ ਇੱਕੋ ਕਹਿੰਦਾ ਕਿ ਯਾਰ ਸੁਧਾਰ ਕਰਨਾ ਤੁਸੀਂ, ਤੁਸੀਂ ਸੁਖਬੀਰ ਸਿੰਘ ਬਾਦਲ ਤੋਂ ਖਹਿੜਾ ਛੁਡਾਉਣਾ, ਤੁਹਾਡਾ ਛੁੱਟ ਗਿਆ, ਚਲਾਓ ਹੁਣ ਪਾਰਟੀ, ਦੱਸੋ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਆ। ਇਹ ਮੈਂ ਸ਼ਰਤ ਕਰਕੇ ਕਹਿੰਦਾ, ਗਰੰਟੀ ਕਰਕੇ ਕਹਿੰਦਾ, ਇਹਨੂੰ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਕਹਿ ਦੇਣਾ। ਪਾਰਟੀ ਮਰੀ ਇਹਨਾਂ ਕਰਕੇ ਸੀ, ਹੁਣ ਪਾਰਟੀ ਗਰੰਟੀ ਬਚੂਗੀ, ਕਿਉਂਕਿ ਲੋਕਾਂ ਚ ਬੜੀ ਵੱਡੀ ਨਿਰਾਸ਼ਤਾ ਸੀ ਕਿ ਇਹ ਠੇਕੇ ਲਈ ਬੈਠੇ ਆ, ਕਿ ਇੱਥੇ ਚੰਦੂਮਾਜਰਾ ਸਾਹਿਬ ਦਾ ਰਾਜ, ਸੰਗਰੂਰ ਵਿਚ ਬਾਦਲ ਸਾਹਿਬ ਵਰਗੇ ਕੱਦ ਦੇ ਲੀਡਰ ਨੂੰ ਵੀ ਕੋਈ ਟਿਕਟ ਵੰਡਣ ਦਾ ਅਧਿਕਾਰ ਨਹੀਂ ਸੀ, ਢੀਂਡਸਾ ਸਾਹਿਬ ਵੰਡਦੇ ਸੀ। ਬੜਾ ਰੌਲਾ ਪਾਇਆ ਇਨ੍ਹਾਂ ਨੇ ਵੀ, ਅਖਬਾਰਾਂ ਨੇ ਵੀ। ਉਹ ਕਿਹੜਾ ਆਲਮ ਹੈ? ਇਜ਼ਹਾਰ ਆਲਮ ਜੀ, ਉਹਨੂੰ ਦੇਤੀ ਜੀ, ਉਹ ਸਿੱਖਾਂ ਦਾ ਕਾਤਲ ਸੀ। ਕਿਹਨੇ ਦਵਾਈ ਹੈ, ਕਹਿ ਦੇਣ ਕਿ ਨਹੀਂ ਦਵਾਈ? ਜਦ ਬਾਦਲ ਸਾਹਿਬ ਨੇ ਬੁਲਾ ਕੇ ਕਿਹਾ, ਕਹਿੰਦੇ ਫਿਰ ਉਹਦੀ ਘਰਵਾਲੀ ਨੂੰ ਦੇ ਦੋ, ਮੈਨੂੰ ਜ਼ਰੂਰੀ ਹੈ, ਮੇਰਾ ਮਲੇਰਕੋਟ ਜੇ ਹੋਰ ਖਤਮ ਹੁੰਦਾ, ਘਰਵਾਲੀ ਨੂੰ ਦਵਾਤੀ, ਫਿਰ ਸੀਪੀਐਸ ਬਣਾਇਆ ਤੇ ਸਜ਼ਾ ਸੁਖਬੀਰ ਸਿੰਘ ਬਾਦਲ ਭੁਗਤੇ। ਗੁਨਾਹ ਮੈਂ ਕਰਾਂ, ਸਜ਼ਾ ਸੁਖਬੀਰ ਸਿੰਘ ਬਾਦਲ ਭੁਗਤੇ, ਕਿੱਥੋਂ ਦਾ ਨੌਰਮ ਹੈ ਜੀ? ਮੈਂ ਇੱਕ ਗੱਲ ਕਹਿ ਕੇ ਫਿਰ ਭੁਪਿੰਦਰ ਸਾਹਿਬ ਨੂੰ ਪਾਲਿਸ਼ ਕਰਨ ਲਈ ਦੇਊਂਗਾ ਗੱਲ, ਕਿ ਜਿਹੜੀ ਅਨੁਸ਼ਾਸਨੀ ਕਮੇਟੀ ਹੈ, ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਪਾਵਰਸ ਜਨਰਲ ਹਾਊਸ ਵੱਲੋਂ ਤੇ ਵਰਕਿੰਗ ਕਮੇਟੀ ਵੱਲੋਂ ਡੈਲੀਗੇਟ ਹੋਈਆਂ, ਉਹਨਾਂ ਪਾਵਰਸ ਦੀ ਐਕਸਰਸਾਈਜ਼ ਕਰਦਿਆਂ ਉਹਨਾਂ ਨੇ ਇਹ ਕਮੇਟੀ ਬਣਾਈ ਹੈ। ਇਹ ਕਮੇਟੀ ਕੋਲ ਅਕਾਲੀ ਦਲ ਦੇ ਜਨਰਲ ਹਾਊਸ ਦੀਆਂ ਪਾਵਰਸ ਡਰਾ ਕਰ ਰਹੀ ਹੈ। ਢੀਂਡਸਾ ਸਾਹਿਬ ਨੇ ਹੋਰ ਕੇ ਬੜੀ ਜੀ, ਮੈਂ ਕਹਿੰਦਾ ਦੇਖੋ, ਸੁਣ ਜਿਹਾ ਬੰਦਾ ਗਲਤ ਗੱਲ ਕਵੇ ਨਾ, ਮਨ ਨੂੰ ਦੁੱਖ ਲੱਗਦਾ ਥੋੜਾ ਜਿਹਾ, ਕਿਉਂਕਿ ਕਹਿੰਦੇ ਆ ਸੰਗਤ ਦੀ ਰੰਗਤ ਚੜ ਜਾਂਦੀ, ਜਿੰਨੇ ਕੁ ਲਰਨੇਡ ਆਲੇ ਦੁਆਲੇ ਬੈਠੇ ਉਹਨਾਂ ਦੇ ਆਖੇ ਵਿਚਾਰੇ ਬੋਲੀ ਜਾਂਦੇ, ਉਨ੍ਹਾਂ ਨੂੰ ਕਦੇ ਆਪ ਨਹੀਂ ਰਿਲਾਈਜ਼ ਕੀਤਾ। ਆ ਮਲੂਕਾ ਸਾਹਿਬ ਜਿਹੜੇ ਤੁਹਾਡੇ ਨਾਲ ਇਕੱਠ ਚ ਬੈਠੇ ਆ, ਜਦ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੱਢਣਾ ਸੀ ਤੇ ਕਹਿੰਦੇ ਜੀ ਵਿੱਚੋਂ ਕੋਈ ਇੱਕ ਦੋ ਨੇ ਕਿਹਾ ਕਿ ਨੋਟਿਸ ਦੇਣ ਦੀ ਲੋੜ ਹੈ। ਪ੍ਰੋਫੈਸਰ ਸਾਹਿਬ ਕਹਿੰਦੇ ਦੇਖੋ, ਜੇ ਬੀਬੀ ਆਪਣੇ ਆਪ ਨੂੰ ਕੈਂਡੀਡੇਟ ਨਾ ਅਨਾਊਂਸ ਕਰਦੀ, ਫਿਰ ਆਪਾਂ ਨੂੰ ਨੋਟਿਸ ਦੇਣਾ ਪੈਣਾ ਸੀਗਾ ਕਿ ਭਾਈ ਤੂੰ ਆਪਣੇ ਆਪ ਨੂੰ ਕੈਂਡੀਡੇਟ ਕਲੇਮ ਕਰਦੀ ਹੈ। ਉਹਨੇ ਕੈਂਡੀਡੇਟ ਅਨਾਊਂਸ ਕਰਤਾ, ਹੁਣ ਤਾਂ ਸਬੂਤ ਦੀ ਲੋੜ ਨਹੀਂ, ਸਿੱਧੇ ਛਾਂਗ ਦੇ। ਛਾਂਗ ਦੀ ਤੁਸੀਂ ਬਰਾਬਰ ਦੀ ਸੁਧਾਰ ਲਹਿਰ ਚਲਾ ਲਓ, ਕਮੇਟੀ ਚਲਾ ਲਓ ਤੇ ਮੁੜ ਕੇ ਕਿਉਂ ਸਾਨੂੰ ਨੋਟਿਸ ਨਹੀਂ ਦਿੰਦੇ? ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਬਿਲਕੁਲ ਉਹਨਾਂ ਨੂੰ ਵੀ ਸੁਧਾਰੀਆਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਪਾਰਟੀ ਨਹੀਂ, ਇੱਕ ਮੂਵਮੈਂਟ ਹੈ। ਮਾਤੇ ਭੁਲੇਖੇ ਚ ਰਹਿਣ ਕਿ NSP ਜਾਂ ਉਧਵ ਠਾਕਰੇ ਦੀ ਸ਼ਿਵ ਸੈਨਾ ਵਾਂਗੂ ਸਰਕਾਰਾਂ ਦੀ ਮਦਦ ਲੈ ਕੇ ਪਾਰਟੀ ਦੇ
ਸਿੰਬਲ ਤੇ ਜਾਂ ਪਾਰਟੀ ਦੇ ਦਫ਼ਤਰਾਂ ਤੇ ਕਬਜ਼ਾ ਕਰ ਲੈਣਗੇ। ਮੱਤ ਇਸ ਭੁਲੇਖੇ ਚ ਰਹਿ। ਅਕਾਲੀ ਦਲ ਦਾ ਵਰਕਰ ਅੱਜ ਵੀ ਜਿੰਦਾ, ਕੱਲ ਵੀ ਜਿੰਦਾ ਸੀ ਤੇ ਕੱਲ ਨੂੰ ਵੀ ਜਿੰਦਾ ਰਹੂਗਾ। ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ, ਇਹ ਪੰਜਾਬ ਨੂੰ ਮਹਾਰਾਸ਼ਟਰ ਸਮਝ ਕੇ ਕਿਤੇ ਛੇੜ ਨਾ ਲੈਣਾ। ਇੱਥੇ ਉਹ ਖੇਮਾ ਨਹੀਂ ਚੱਲਣੀਆਂ